मुख्यमंत्री भगवंत मान दे हलके धूरी दी शुगर मिल वल्लों 17 करोड़ दे लगभग गन्ना किसानां दा बकाया ना दित्ते जाण दे चलदे पिछले कई दिनां तों गन्ना किसान सड़कां ते प्रदर्शन कर रहे हन, पर उन्हां दी कोई सुनवाई ना कीते जाण दे चलदे अज किसानां वल्लों ट्रैक्टर मार्च कढ़दे होए संगरूर दे डीसी नूं इक मंग पत्र दित्ता गया। किसानां दा कहना है कि डीसी नाल कीती मीटिंग भी बेसिट्टा निकली है। चोणां तों पहलां मुख मंत्री वड्डे वड्डे वादे करदे सन कि पेमेंट ब्याज समेत किसानां नूं मिल जावेगी, पर अजे तक उन्हां नूं पेमेंट नहीं मिली अते नाल ही जो सरकार वल्लों 3 करोड़ रुपया दित्ता जाणा सी ओह भी नहीं मिलिया, जिस दे चलदे ओह सड़कां ते प्रदर्शन कर रहे हन। उधर जिले दे डिप्टी कमिश्नर ने कहा कि उन्हां ने मिल जो कि एक प्राइवेट मिल है दे मालकां नूं फोन नाल संपर्क कीता है अते उन्हां नूं दबाव पाया है कि ओह जल्द ही किसानां दी पेमेंट किश्तां राहीं जारी करन। सर असीं मतलब जिहड़े गन्ने वाले किसान आ जिन्हां दा बकाया भगवानपुरा शुगर मिल धूरी कन्नी रहिंदा ते कुछ स्टेट सरकार कन्नी रहिंदा, साडा 6-7 दिनां तों SDM साहब धूरी दे मतलब संघर्ष चलदा सी, साडी उत्थे मतलब किसे अफसर ने सुनी नहीं, बिना पुलिस तों उत्थे कोई गया नहीं, तां करके अज असीं फिर मतलब DC साहब नूं मिलण दा सोचिया वी शायद इहनां दे ध्यान च ना होवे मुद्दा, इहनां दे ध्यान च लिया दईए। मीटिंग भी करी आ पर मीटिंग बेसिट्टा, मीटिंग चो निकलिया कुछ नहीं, हुण खाली मतलब किसानां दा जिहड़े हालात ने साढ़े मतलब असीं बच्चों दीआं फीसां भी भरनियां ने, वह सिस्टम बंद पए ने, हर एक किसान का मतलब बच्चा कोई ना कोई कोई आईलैट्स करी बैठा, किसी ने बाहर जाण दा जानी असीं ला मतलब रेह स्परे तो भी औखे हाँ, साड़ियाँ जिहड़ियां सब्बी जीरियां लाइया दियाँ उहदे वास्ते हुण सानूं यूरिया नहीं मिल रहा, मूहरे DAP दे हालात इहे जिहे ने, जे तां असीं आह 10-20 दिनां 'च लै लिया तां असीं कणक बीजण कनी उह भी जावांगे। साढ़े जिहड़े हालात ने इह सरकार ने माड़े करते, सानूं सरकार तों बड़ी वड्डी आस सी, सरकार जदों सत्ता 'च आई आ मतलब इहनां ने कागज़ भरे ने तां CF साहब ने सानूं स्पैशल कहा बुला के मतलब पूरा जीभ ते सारियां उंगलां 'ते थुक ला के भी जट दी जबान आ ਸੋਡੀ ਜਿਹੜੀ ਪੇਮੈਂਟ ਆ ਉਹ ਸਮੇਤ ਵਿਆਹ ਤੁਹਾਡੇ ਖਾਤਿਆਂ 'ਚ ਆਇਆ ਕਰੂਗੀ। ਕਿੰਨੀ ਕੁ ਰਾਸ਼ੀ ਹੈ ਟੋਟਲ ਗੱਲ ਕਰੀਏ? ਰਾਸ਼ੀ ਤਕਰੀਬਨ 17 ਕਰੋੜ ਰੁਪਈਆ ਜਿਹੜੀ ਭਗਵਾਨਪੁਰਾ ਸ਼ੂਗਰ ਮਿਲ ਦੇ ਮਾਲਕ ਕੰਨੀ ਆ ਅਤੇ 3 ਕਰੋੜ ਦੇ ਨੇੜੇ ਸਟੇਟ ਸਰਕਾਰ ਕੰਨੀ ਆ, ਪਰ ਦੋ ਹੀ ਰਲ ਗਏ ਇਹ ਮਤਲਬ ਸਰਕਾਰ ਅਤੇ ਜਿਹੜਾ ਮਤਲਬ ਇਹ ਹੈਗਾ ਵੱਡਾ ਘਰਾਣਾ, ਦੋਹੇ ਆਪਸ ਮੈਂ ਰਲ ਗਏ, ਰਲ ਕੇ ਕਿਸਾਨ ਦਾ ਗਲ ਘੁੱਟਣ ਲੱਗ ਗਏ। ਕਹਿਣਾ ਤਾਂ ਕੀ ਆ ਜੀ, ਇਹਦਾ ਜਿਵੇਂ ਕਹਿੰਦੇ ਨੇ ਕਹਾਵਤ ਆ ਗਈ ਕੁੱਤੀ ਚੋਰਾਂ ਨਾਲ ਰਲ ਗਈ ਜੀ, ਅਸੀਂ ਧੂਰੀ ਸ਼ੂਗਰ ਮਿਲ ਭਗਵਾਨਪੁਰਾ ਸ਼ੂਗਰ ਮਿਲ ਤੋਂ ਚੱਲੇ ਹਾਂ ਜੀ, ਅੱਜ ਪਿੰਡਾਂ ਵਿੱਚ ਹੋਏ ਹੁੰਦੇ ਸਰਕਾਰ ਦਾ ਜਲੂਸ ਕੱਢਦੇ ਆਏ ਹਾਂ, ਅਸੀਂ ਅੱਜ DC ਸਾਹਿਬ ਨਾਲ ਮੀਟਿੰਗ ਕਰਨ ਆਏ ਸੀਗੇ, ਮੰਗ ਪੱਤਰ ਦੇਣਾ ਸੀਗਾ ਜੀ, ਅਤੇ DC ਸਾਹਿਬ ਨੇ ਵੀ ਸਾਨੂੰ ਕੋਈ ਵਿਸ਼ਵਾਸ ਨਹੀਂ ਦਵਾਇਆ ਜੀ, ਇਹ ਪਹਿਲੀ ਵਾਰ ਹੋਇਆ ਸਾਡੇ ਨਾਲ ਜੀ, ਬਹੁਤ ਅਸੀਂ 19 ਤੋਂ ਮਤਲਬ 2019 ਤੋਂ ਧਰਨੇ ਲਾਉਂਦੇ ਆਉਂਦੇ ਹਾਂ ਕਾਂਗਰਸ ਸਰਕਾਰ ਵੇਲੇ ਦੇ, ਅੱਗੇ ਜਦੋਂ ਅਸੀਂ ਧਰਨਾ ਲਾਉਂਦੇ ਸਾਨੂੰ ਕੁਛ ਨਾ ਕੁਛ ਮਿਲਦਾ ਸੀਗਾ, 5-7 ਕਰੋੜ 10 ਕਰੋੜ ਰੁਪਈਆ ਸਾਨੂੰ ਪੈ ਜਾਂਦੇ ਸੀਗਾ, ਇਹ ਪਹਿਲੀ ਸਰਕਾਰ ਆ ਜਿਹੜੀ ਇਹ ਸਰਕਾਰ ਦੇ ਵਿਸ਼ਵਾਸ ਬਹੁਤ ਵੱਡਾ ਸੀਗਾ ਜੀ, ਲੋਕਾਂ ਨੂੰ ਬਦਲਾਅ ਪਾਇਆ ਸੀਗਾ ਵੀ ਬਦਲਾਅ ਆਜੂਗਾ, ਪਰ ਇਹ ਉਦੋਂ ਉਲਟ ਹੋ ਗਿਆ ਜੀ, ਇਹ ਸਰਕਾਰ ਕੋਲ ਜ਼ਮੀਨ ਸਰਮਾਈ ਨਹੀਂ ਜੀ, ਇਹ ਤਾਂ ਮੇਰੇ ਹਿਸਾਬ 'ਚ ਮੁੱਖ ਮੰਤਰੀ ਡੋਰੂ ਵਜਾਉਣ ਵਾਲਾ ਜਿਹੜਾ ਮੁੱਖ ਮੰਤਰੀ ਰਹੇ ਜੀ, ਉਹਦੀ ਆਪਦੀ CD ਆ, ਅਸੀਂ ਮੀਟਿੰਗ ਕਰਨ ਗਏ ਸੀ 15 ਅਗਸਤ ਨੂੰ ਆਇਆ ਸੀਗਾ ਜੀ, ਜ਼ਿਮੀਂਦਾਰਾਂ ਨੂੰ ਮਿਲਿਆ ਵੀ ਹੈ ਨਹੀਂ ਗਾ ਜੀ, ਸਾਨੂੰ ਸਗੋਂ ਉੱਥੇ ਜ਼ਿਮੀਂਦਾਰ ਜਿਹੜੇ ਮੀਟਿੰਗ ਕਰਨ ਗਏ ਸੀ ਉਹ ਅੰਦਰ ਡਾਤੇ ਜੀ, ਆਪ ਉੱਥੇ ਆਪਦਾ ਮੱਥਾ ਟੇਕ ਕੇ ਚਲਿਆ ਗਿਆ ਜੀ, ਅਤੇ ਹੁਣ ਅੱਜ DC ਸਾਹਿਬ ਨੇ ਵੀ ਇਹੀ ਜਵਾਬ ਦਿੱਤਾ ਵੀ ਪ੍ਰਾਈਵੇਟ ਮਿਲਦਾ ਜੀ ਇਹ, ਵੀ ਇਹਦੇ ਅਸੀਂ ਕੁਛ ਕਰ ਨਹੀਂ ਸਕਦੇ। ਇੱਕ ਪਾਸੇ ਮਾਨ ਸਾਹਿਬ ਕਹਿ ਰਹੇ ਨੇ ਅਸੀਂ ਬਾਹਰਲੀਆਂ ਕੰਪਨੀਆਂ ਬੁਲਾ ਰਹੇ ਹਾਂ ਜੀ, ਪ੍ਰਾਈਵੇਟ ਕੰਪਨੀਆਂ ਪੰਜਾਬ ਦੇ ਵਿੱਚ ਲੱਗਣਗੀਆਂ, ਪੰਜਾਬ ਦੀ ਤਰੱਕੀ ਹੋਊਗੀ ਜੀ, ਕੀ ਇਹ ਜੇ ਪ੍ਰਾਈਵੇਟ ਦੇ ਕੰਪਨੀ ਦੇ ਕਿਸੇ ਦੇ ਸਰਕਾਰ ਕੁਛ ਕਰ ਨਹੀਂ ਸਕਦੀ ਫਿਰ ਬਾਹਰੋਂ ਬੁਲਾਉਣ ਦਾ ਕੀ ਫਾਇਦਾ ਜੀ, ਇਹ ਸ਼ੂਗਰ ਮਿਲਿਆ ਇੱਕ ਪ੍ਰਾਈਵੇਟ ਆ, ਇਹਦਾ ਸਾਨੂੰ DC ਸਾਹਿਬ ਨੇ ਜਵਾਬ ਦਿੱਤਾ ਵੀ ਇਹਦਾ ਕੁਛ ਕਰ ਨਹੀਂ ਸਕਦੇ, ਹੁਣ ਦੇਖਦੇ ਅਸੀਂ ਅਗਲਾ ਸੰਘਰਸ਼ ਜਿਹੜਾ ਤੇਜ਼ ਕਰਾਂਗੇ ਜੀ। ਕੋਈ ਕਿਸਾਨ ਹੋਰ ਵੀ ਕਿਤੇ ਧਰਨੇ ਤੇ ਬੈਠੇ ਨੇ ਤੁਹਾਡੇ? ਕਿਸਾਨ ਸਾਡੇ SDM ਦਫ਼ਤਰ ਬੈਠੇ ਨੇ ਜੀ, ਹਫ਼ਤਾ ਹੋ ਗਿਆ, ਉਹ ਅੱਜ ਅਸੀਂ ਆ ਜੀ, ਅੱਜ ਤੋਂ ਬਾਅਦ ਉਹ ਭੁੱਖ ਹੜਤਾਲ 'ਤੇ ਬੈਠਣਗੇ ਜੀ, ਉਹਨਾਂ ਨੂੰ ਸਾਨੂੰ ਕਹਿ ਕੇ ਤੁਰਿਆ ਉਹਨਾਂ ਵੀ ਕੋਈ ਮੀਟਿੰਗ 'ਚ ਕੋਈ ਸਿੱਟਾ ਨਿਕਲਿਆ? ਨਹੀਂ ਕੋਈ ਸਿੱਟਾ ਨਹੀਂ ਲਿਖਿਆ ਜੀ ਮੀਟਿੰਗ 'ਚ। ਹਾਂ ਜੀ, ਹਾਂ DC ਸਾਹਿਬ ਟਾਈਮ ਮੰਗ ਰਹੇ ਨੇ, ਦੱਸੋ ਟਾਈਮ ਅਸੀਂ ਕਿੰਨਾ ਕੁ ਦੇ ਦਈਏ ਜੀ, ਹੁਣ ਅਸੀਂ ਫੀਸਾਂ ਭਰਨੇ, ਮੂਹਰੇ ਕਣਕ ਬੀਜਣ ਦਾ ਟਾਈਮ ਆ ਰਿਹਾ, DAP ਸਾਨੂੰ ਉਧਾਰ ਨਹੀਂ ਮਿਲਦਾ ਜੀ ਕਿਸਾਨਾਂ ਨੂੰ, ਜਿਹੜੀਆਂ ਪਛੇਤੀਆਂ ਮੱਕੀ ਵਾਲੇ ਝੋਨੇ ਲਾਏ ਦੇ ਸੀ ਨੇ ਉਹ ਯੂਰੀਆ ਬਿਨਾਂ ਲੋਕਾਂ ਦੇ ਖੜੇ ਨੇ ਦੁਕਾਨਾਂ, ਯੂਰੀਆ ਨਹੀਂ ਪ੍ਰਾਈਵੇਟ ਮਿਲ ਰਿਹਾ ਜੀ, ਉਹ ਸਾਨੂੰ ਮਹਿੰਗਾ ਮਿਲਦਾ ਗਾ, ਪੈਸਾ ਦੇਖੋ ਨਗਦ, ਸਾਨੂੰ ਨਗਦ ਪੇਮੈਂਟ ਲੈਣੀ ਪੈਂਦੀ ਆ, ਨਗਦ ਪੇਮੈਂਟ ਦੁਕਾਨਾਂ ਦੇਣੀ ਪੈਂਦੀ ਆ, ਹੁਣ ਜ਼ਿਮੀਂਦਾਰਾਂ ਕੋਲ ਪੈਸਾ ਕੋਈ ਹੈ ਨਹੀਂ ਗਾ ਜੀ, ਇਹ DC ਸਾਹਿਬ ਦਾ ਇਹ ਜਵਾਬ ਹੈਗਾ ਵੀ ਪ੍ਰਾਈਵੇਟ ਮਿਲਿਆ ਸੀ ਇਹਦਾ ਕਰ ਨਹੀਂ ਸਕਦੇ। ਇਹ ਜੋ ਭਗਵਾਨਪੁਰਾ ਸ਼ੂਗਰ ਮਿਲ ਹੈ ਇਨਕੇ ਜੋ ਬਕਾਏ ਖੜੇ ਹੈ ਲਗਭਗ 17.5 ਕਰੋੜ ਸੇ 18 ਕਰੋੜ ਕੇ ਬੀਚ ਮੇਂ ਜੋ ਹੈ ਇਨਕੇ ਬਕਾਏ ਖੜੇ ਹੈ ਇਸ ਟਾਈਮ ਪੇ,
इसके लिए आज किसानों से मीटिंग करी गई है, मिल ओनर्स के साथ भी हमारी लगातार इस पे जो है बात हो रही है, बिकॉज पॉलिसी के हिसाब से मिल जो पेमेंट पे करती है किसानों को, उसकी कॉरस्पॉन्डिंग पेमेंट जो है गवर्नमेंट अपना जो बनता शेयर है वो पे करती है। तो मिल की तरफ से जो है बकाया है, मिल वालों से भी लगातार बात चल रही है, पहले भी बात चल रही थी, अब भी चल रही है कि जो किसानों का जो बनता मुआवजा है उसको दे, जिस करके जो आने वाला प्रोक्योरमेंट सीज़न है उसमें भी कोई इशू ना हो और किसानों को भी कोई असुविधा ना हो। इसमें करी गई है, उनको जो है अभी मिल ओनर से ही बात करी गई है कि पेमेंट आप जो हैं एक शेड्यूल ऑफ पेमेंट्स बना के दें, जिस करके किसानों को भी एक कॉन्फिडेंस बिल्ड हो कि उनकी जो पेमेंट है वो आ रही है। तो उनको प्रपोजल्स वगैरह वो दिए हैं, होपफुली अभी वो विचार कर रहे हैं, देखते हैं क्या। थैंक यू।